ਜ਼ਿਲ੍ਹਾ ਲੁਧਿਆਣਾ ਦਾ ਕਿਲ੍ਹਾ ਰਾਏਪੁਰ ਪੂਰੇ ਭਾਰਤ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੈ। ਜੇ ਆਪਾਂ ਗੱਲ ਕਰੀਏ ਮਿੰਨੀ ਓਲੰਪਿਕ ਖੇਡਾਂ ਦੀ, ਅਤੇ ਸਭ ਤੋਂ ਵੱਡੀਆਂ ਜਿਹੜੀਆਂ ਖੇਡਾਂ ਹੈਗੀਆਂ ਵਾ ਉਹ ਕਿਲ੍ਹਾ ਰਾਏਪੁਰ ਦੇ ਵਿੱਚ ਹੁੰਦੀਆਂ ਨੇ, ਅਤੇ ਅੱਜ ਇਹ ਜਿਹੜਾ ਮੇਲਾ ਇੱਥੇ ਲੱਗਿਆ ਹੋਇਆ ਵਾ ਮਿੰਨੀ ਓਲੰਪਿਕਸ ਦਾ, ਜਿਹੜਾ ਕਿਲ੍ਹਾ ਰਾਏਪੁਰ ਦੇ ਵਿੱਚ ਮੇਲਾ ਲੱਗਿਆ, ਉੱਥੇ ਪੰਜਾਬੀ ਸੱਭਿਆਚਾਰ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਇਹ ਦੇਖੋ, ਇਹ ਪਿੱਤਲ ਦੇ ਭਾਂਡੇ ਨੇ, ਪਿੱਤਲ ਦੇ ਭਾਂਡੇ ਨੇ, ਅਤੇ ਤੁਹਾਨੂੰ ਤਸਵੀਰਾਂ ਅਸੀਂ ਹੋਰ ਦਿਖਾਵਾਂਗੇ। ਅਤੇ ਸਾਨੂੰ ਇਹਨਾਂ ਬਾਰੇ ਜਾਣਕਾਰੀ ਦੇਣ ਵਾਸਤੇ ਹੈਗੇ ਨੇ ਮੌਜੂਦ ਭਾਈ ਸਾਹਿਬ। ਬਾਈ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਭੋਲਾ ਖਲੇਰੀਏ ਜੀ, ਮੈਂ ਮਾਨਸਾ ਤੋਂ ਹਾਂ। ਮੇਰੇ ਦੋਸਤ ਹਰਦਿਆਲ ਸਿੰਘ ਥੂਈ ਜੀ ਨੇ, ਜਿਹੜੇ ਸੱਭਿਆਚਾਰਕ ਰਾਈਟਰ ਨੇਗੇ, ਖੋਜਕਾਰ ਰਾਈਟਰ ਨੇ। ਇਹ ਜਿਹੜੀ ਇਹ ਵਿਰਾਸਤ ਹੈ, ਇਹ ਮੇਰੇ, ਅਸੀਂ ਇਕੱਠੇ ਕੰਮ ਕਰਦੇ ਹਾਂ, ਇਹਨਾਂ ਬਾਰੇ ਮੇਰੇ ਵੀਰ ਵੱਡੇ ਵੀਰ ਹਰਦਿਆਲ ਸਿੰਘ ਥੂਈ ਜੀ ਚਾਨਣਾ ਪਾਉਣਗੇ। ਬਾਈ ਜੀ, ਪਿੱਤਲ ਦੇ ਭਾਂਡੇ ਜਿਹੜੇ ਪੁਰਾਣੇ ਪੁਰਾਣੇ ਇੱਥੇ ਸਾਨੂੰ ਨਜ਼ਰ ਆ ਰਹੇ ਆ, ਹੋਰ ਵੀ ਬੜੀਆਂ ਪੁਰਾਣੀਆਂ ਚੀਜ਼ਾਂ ਹੈਗੀਆਂ ਵਾ, ਇਹਨਾਂ ਬਾਰੇ ਦਿਓ ਜਾਣਕਾਰੀ, ਅਤੇ ਪਹਿਲਾਂ ਤਾਂ ਤੁਸੀਂ ਆਪਣਾ ਪਰਿਚੈ ਦੇ ਦਿਓ। ਪਹਿਲਾਂ ਤਾਂ ਨਿਊਜ਼ ਪੰਜਾਬ, ਨਿਊਜ਼ 18 ਪੰਜਾਬ ਦਾ ਧੰਨਵਾਦ ਹੈ, ਸਵਾਗਤ ਹੈ। ਅਤੇ ਮੈਂ ਹਰਦਿਆਲ ਸਿੰਘ ਥੂਹੀ, ਥੂਹੀ ਮੇਰਾ ਪਿੰਡ ਹੈ, ਜ਼ਿਲ੍ਹਾ ਪਟਿਆਲਾ, ਨਾਭੇ ਦੇ ਕੋਲ, ਅਤੇ ਲਗਾਤਾਰ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਹਾਂ। ਅਤੇ ਇਹ ਜਿਹੜੇ ਬਰਤਨ ਨੇ, ਭਾਂਡੇ ਨੇ, ਨੁਮਾਇਸ਼ ਜਿਹੜੀ ਲੱਗੀ ਹੈ, ਜਿਹੜੀਆਂ ਵੀ ਚੀਜ਼ਾਂ ਇੱਥੇ ਹੈਗੀਆਂ, ਇਹ ਸਾਰੀਆਂ ਸਾਡੇ ਆਮ ਘਰਾਂ 'ਚ ਹੁੰਦੀਆਂ ਸੀ, ਆਮ ਵਰਤੋਂ 'ਚ ਆਉਂਦੀਆਂ ਸੀ। ਪਰ ਜਦੋਂ ਜਿਵੇਂ ਜਿਵੇਂ ਸਮਾਂ ਆਉਂਦਾ ਹੈ, ਤਬਦੀਲੀ ਹੁੰਦੀ ਹੈ, ਅਤੇ ਇਹ ਸਾਰਾ ਕੁਛ ਹੈ ਫਿਰ ਅਦਲਾ ਬਦਲੀ ਹੁੰਦੀ ਰਹਿੰਦੀ ਹੈ। ਸੋ ਇਹ ਸਾਰੇ ਸਾਡੇ ਆਮ ਘਰਾਂ 'ਚ ਵਰਤੋਂ ਦੇ ਸੀ, ਇਹ ਭਾਂਡੇ ਬਰਤਨ। ਅਤੇ ਇਹਨਾਂ ਦੇ ਵਿੱਚ ਜਿਵੇਂ ਇਹ ਬਾਲਟੀ ਹੈ, ਇਹ ਵੀ ਬਾਲਟੀ ਹੈ, ਪਿੱਤਲ ਦੇ ਨੇ। ਅਤੇ ਇਹ ਟੋਕਨੀ ਹੈ, ਇਹ ਵੀ ਪਿੱਤਲ ਦੀ ਹੈ। ਇਹ ਪਤੀਲਾ ਹੈ, ਇਹ ਡੋਲੂ ਹੈ, ਇਹ ਵੀ ਡੋਲੂ ਹੈ। ਇਹ ਸਾਰੇ ਉਸ ਸਮੇਂ ਦੇ ਉੱਤੇ ਜਾਣੀ ਸਿਹਤ ਦਾ ਇੰਨਾ ਖਿਆਲ ਰੱਖਿਆ ਜਾਂਦਾ ਸੀ, ਬਈ ਜਿਹੜੀਆਂ ਸਿਹਤ ਦੇ ਲਈ ਸਹੀ ਵਰਤੋਂ ਦੇ ਯੋਗ ਬਰਤਨ ਨੇ, ਉਹੀ ਵਰਤੇ ਜਾਂਦੇ ਸੀ। ਬਾਈ ਜੀ, ਆਪਾਂ ਗੱਲ ਕਰਦੇ ਹਾਂ ਹੁਣ, ਅੱਜ ਕੱਲ੍ਹ ਜਿਹੜੀ ਨਿਊ ਜਨਰੇਸ਼ਨ ਹੈ ਜਾਂ ਜਿਹੜੀ ਨਵੀਂ ਟੈਕਨੀਕ ਆਈ, ਉਹ ਸਿਲਵਰ ਆ ਗਿਆ, ਆਪਣਾ ਦੂਸਰਾ ਆ ਗਿਆ ਤੁਹਾਡੇ ਸਟੀਲ ਆ ਗਿਆ, ਹੋਰ ਬੜੇ ਮੈਟਲ ਆ ਗਏ ਜਿਹਨਾਂ ਦੇ ਬਰਤਨ ਹੈ, ਅਤੇ ਉਹ ਕੀ ਉਹਨਾਂ ਦਾ ਨੁਕਸਾਨ ਹੈ ਅਤੇ ਇਹਨਾਂ ਦਾ ਕੀ ਫਾਇਦਾ ਹੁੰਦਾ ਸੀ? ਦੇਖੋ, ਉਹਨਾਂ ਦਾ ਨੁਕਸਾਨ, ਕਿਉਂਕਿ ਜਿਹੜੀ ਚੀਜ਼ ਸਾਡੇ ਕੋਲ ਨਵੀਂ ਆਉਂਦੀ ਹੈ ਨਾ, ਸਾਨੂੰ ਬੜੀ ਚੰਗੀ ਲੱਗਦੀ ਹੈ ਵੀ ਇਹ ਲਿਸ਼ਕਦੇ ਪੁਸ਼ਕਦੀਆਂ ਚੀਜ਼ਾਂ ਨੇ, ਪਰ ਉਹਨਾਂ ਦਾ ਸਿਹਤ ਦੇ ਲਈ ਨੁਕਸਾਨ ਹੈ। ਸਾਡੀ ਸਿਹਤ ਦੇ ਲਈ ਜਿੰਨੇ ਵੀ ਡਾਕਟਰ ਲਾ ਲਈਏ ਜਾਂ ਸਿਹਤ ਨਾਲ ਸੰਬੰਧਿਤ ਹੋਰ ਵਿਅਕਤੀ ਨੇ, ਉਹ ਸਾਰੇ ਦੱਸਦੇ ਨੇ ਵੀ ਐਲੂਮੀਨੀਅਮ ਹੈ ਜਿਹੜਾ, ਉਹ ਬਹੁਤ ਖਤਰਨਾਕ ਹੈ, ਕੈਂਸਰ ਤੱਕ ਉਹਦੇ ਨਾਲ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸੇ ਤਰ੍ਹਾਂ ਸਟੀਲ ਵੀ ਸਿਹਤ ਲਈ ਹਾਨੀਕਾਰਕ ਹੈ। ਪਰ ਇਹ ਜਿਹੜੇ ਸਾਡੇ ਬਰਤਨ ਸੀ, ਸਾਡੀਆਂ ਧਾਤਾਂ ਸੀ, ਕੁਦਰਤੀ ਧਾਤਾਂ, ਇਹ ਸਿਹਤ ਦੇ ਲਈ ਵਧੀਆ, ਚੰਗੀਆਂ ਮੰਨੀਆਂ ਜਾਂਦੀਆਂ ਸੀ ਅਤੇ ਵਰਤੋਂ ਯੋਗ ਹੁੰਦੀਆਂ ਸੀ। ਅਤੇ ਹੁਣ ਇਹ ਆਪਾਂ ਨੂੰ ਚਾਹੀਦਾ ਵੀ ਆਪਾਂ ਨੂੰ ਇਹ ਦੁਬਾਰਾ, ਇਹ ਜਿਹੜੀ ਆਪਣੀ ਪੁਰਾਣੀ ਵਿਰਾਸਤ ਸੀਗੀ, ਉਹਨੂੰ ਆਪਾਂ ਨੂੰ ਅਪਣਾਉਣਾ ਚਾਹੀਦਾ? ਬਿਲਕੁਲ, ਚੱਲ ਪਿਆ, ਇਹ ਪ੍ਰਚਲਨ ਹੋ ਗਿਆ, ਕਿਉਂਕਿ ਹੁਣ ਤੁਸੀਂ ਬਾਜ਼ਾਰਾਂ ਦੇ ਵਿੱਚ ਜਾਓਗੇ ਤਾਂ ਭਾਂਡਿਆਂ ਦੀਆਂ ਦੁਕਾਨਾਂ 'ਤੇ ਤੁਹਾਨੂੰ ਪਿੱਤਲ ਦੇ ਭਾਂਡੇ ਵੀ ਮਿਲਣਗੇ, ਤਾਂਬੇ ਦੇ ਭਾਂਡੇ ਵੀ ਮਿਲਣਗੇ, ਪਹਿਲਾਂ ਜਿਹੜੇ ਇੱਕਦਮ ਅਲੋਪ ਹੀ ਹੋ ਗਏ ਸੀ। ਅਤੇ ਇਸੇ ਤਰ੍ਹਾਂ ਸਾਡੇ ਕੋਲ ਦੇਖੋ, ਇਹ ਧਾਤ ਹੈ ਜਿਹੜੀ, ਇਹ ਨਾ ਪਿੱਤਲ ਹੈ ਨਾ ਤਾਂਬਾ, ਇਹ ਮਿਕਸ ਹੈ, ਕਹਿ ਇਹ। ਅਤੇ ਇਹ ਇੰਨਾ ਵਧੀਆ ਸੀ ਸਿਹਤ ਦੇ ਲਈ ਕਿ ਇਹਦੀ ਆਮ ਵਰਤੋਂ ਹੁੰਦੀ ਸੀ, ਦੁੱਧ ਪਾ ਕੇ ਵੱਡੇ ਵੱਡੇ ਘਰਾਣਿਆਂ ਦੇ ਵਿੱਚ, ਘਰਾਂ ਦੇ ਵਿੱਚ ਇਹ ਛੰਨਿਆਂ 'ਚ ਹੀ ਦੁੱਧ ਦਿੱਤਾ ਜਾਂਦਾ ਸੀ ਜਾਂ ਲੱਸੀ। ਸੋ ਇਹ ਵਧੀਆ ਕਿਸਮ ਦੇ ਭਾਂਡੇ ਜਿਹੜੇ ਜ਼ਰੂਰੀ ਨੇ ਵੀ ਹੁਣ ਵੀ ਅਸੀਂ ਇਹਨਾਂ ਨੂੰ ਵਰਤੋਂ 'ਚ ਲਿਆਈਏ, ਜਿਹੜੀ ਕੋਸ਼ਿਸ਼ ਹੋ ਰਹੀ ਹੈ। ਅਤੇ ਬਾਕੀ ਖੈਰ ਸਾਰੇ ਪਾਸੇ ਸਭ ਕੁਛ ਚੱਲਦਾ। ਗੜਬੀ ਥੋੜ੍ਹੀ ਛੋਟੀ ਹੁੰਦੀ ਸੀ ਅਤੇ ਉਸ ਤੋਂ ਬਾਅਦ ਗੜਬੇ ਦੀ ਉਹ ਤੀ, ਇਹ ਵੀ ਦੁੱਧ ਜਾਂ ਲੱਸੀ ਵਰਤੋਂ ਦੇ ਵਿੱਚ ਕੰਮ ਆਉਂਦਾ ਸੀ।